ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ, ਕਹਿੰਦੇ ਵੀ ਲੰਮੇ ਸਮੇਂ ਬਾਅਦ ਪਿੰਡ ਤੁੰਗਾ ਹੇੜੀ, ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ। ਚਾਰ ਪਸ਼ੂ ਦਿਖਾਵਾਂਗੇ, ਇੱਕ ਤਾਂ ਚਾਰ ਦੰਦ ਪਹਿਲਣ ਵੱਛੀ ਦਿਖਾਵਾਂਗੇ, ਇੱਕ ਦਿਖਾਵਾਂਗੇ ਤੋਕੜ ਗੱਬਣ, ਇੱਕ ਗੱਬਣ ਸੂਣ ਦੇ ਨੇੜਾ, ਤੇ ਇੱਕ ਵੱਛੀ ਦਿਖਾਵਾਂਗੇ 7 ਮਹੀਨਿਆਂ ਦੀ ਗੱਬਣ ਦੰਦਾਂ 'ਚ ਹੀ ਆ। ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਾ, ਇਕੱਲੀ ਇਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ, ਤੇ ਰੇਟ ਆ ਜਿਹੜਾ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ। ਆ ਜਾ ਚੋਬਰਾ ਫਿਰ। ਹੋਰ ਕਿਵੇਂ ਆ? ਵਧੀਆ ਬਾਈ, ਵਧੀਆ। ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ? ਹਾਂਜੀ ਬਾਈ, ਚੜ੍ਹਦੀ ਕਲਾ ਜੀ। ਕਿੱਧਰ ਲੰਘ ਗਿਆ ਜੀ ਫਿਰ? ਕਿਤੇ ਨਹੀਂ ਬਾਈ, ਬਸ ਲਾਣੇਦਾਰ ਨੂੰ ਭੇਜਿਆ ਕੈਨੇਡਾ। ਅੱਛਾ, ਲਾਣੇਦਾਰ ਦਾ ਕਰਾਤਾ ਕੈਨੇਡਾ ਦਾ ਟੂਰ ਫਿਰ ਹੈ? ਹਾਂਜੀ ਹਾਂਜੀ। ਆ ਇੱਕ ਗੱਲ ਹੋਰ ਦੱਸਣਾ, ਉਹ ਸੁੰਨਾ ਜਿਹਾ ਲੱਗਦਾ ਮਾਹੌਲ ਅੱਜ ਲਾਣੇਦਾਰ ਤੋਂ ਬਿਨਾਂ। ਇਹ ਤਾਂ ਹੈ ਜੀ। ਆ ਖੋਲਦਾ ਖੁੱਲਦਾ ਗਾਵਾਂ ਰਹਿੰਦਾ ਤੇ ਸਾਂਭ ਸੰਭਾਲ ਵੀ ਕਰਦਾ ਤੇ ਮੇਨ ਬੰਦਾ ਵੀ ਮਾਰਾ। ਇਹ ਤਾਂ ਹਾਂਜੀ ਹਾਂਜੀ, ਫਿਕਰ ਨਹੀਂ ਸੀਗਾ ਜੀ ਉਹਦੇ ਸਿਰ ਤੇ ਦਾ ਕੋਈ। ਹੁਣ ਫਿਰ ਸੰਦੇਹ ਉੱਠਣਾ ਪੈਂਦਾ ਹੈ। ਹਾਂਜੀ ਹਾਂਜੀ। ਕਿਹੜੀ ਤੋਂ ਕਰੀਏ ਸ਼ੁਰੂ? ਆ ਪਹਿਲੀ ਤੋਂ ਹੀ ਕਰ ਲੈਂਦੇ ਹੋਰ ਬਾਈ, ਖੋਲ ਕੇ ਕਿਹੜਾ ਸੂਆ ਸੁਣਦੀ ਹੈ ਇਹ? ਬਾਈ ਦੂਜਾ ਸੂਆ ਸੂਗੀ ਬੱਚੀ। ਦੂਜਾ ਸੂਆ ਦੰਦਾਂ 'ਚ ਕਿਵੇਂ ਲੱਗੀ? ਇਹ 6 ਦੰਦ ਆ ਜੀ, 7 ਮਹੀਨਿਆਂ ਦੀ ਗੱਭਣਾ ਹੀ ਚੈੱਕ ਕਰਾ ਲਈ ਆਪਾਂ। ਠੀਕ ਹੈ, ਤੇ ਦੁੱਧ ਹੋਈ ਹੁਣ 2-3 ਦਿਨ ਹੋ ਗਏ ਛੱਡਤੀ ਆਪਾਂ ਜੀ। ਇਹ ਆ ਗਈ ਸੱਜਣੋ, ਕਹਿੰਦੇ ਵੀ ਜਰਸੀ ਦਾ ਨਗੀਨਾ ਆ ਗਿਆ, ਪਿਓਰ ਜਰਸੀ ਆ ਗਈ, ਕੱਦ ਬਿੱਡ ਵੀ ਠੀਕ ਆ, ਤੇ 7 ਮਹੀਨਿਆਂ ਦੀ ਗੱਭਣ ਵੀ ਆ, ਤੇ ਦੁੱਧ ਵੀ ਬਾਈ ਕਹਿੰਦਾ ਥੋੜੇ ਦਿਨ ਹੀ ਹੋਏ ਨੇ ਛੱਡੀ ਨੂੰ, ਦੁੱਧ ਲੰਬਾ ਟਾਈਮ ਪਿਆਉਣ ਵਾਲੀ ਆਈਟਮ ਹੈ, ਤੇ ਬਾਕੀ ਆ ਗਈ ਚੰਗੀ ਵੱਛੀ, ਵਜਨ ਵਜੂਦ ਵਾਲੀ ਆ। ਇੱਥੇ ਰੋਕੀ ਮੜੀ, ਇੱਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ, ਪਿਓਰ ਜਰਸੀ 'ਚ ਆ ਗਈ। ਇੱਕ ਗੱਲ ਸ਼ੁਰੂ 'ਚ ਹੀ ਦੱਸ ਦੇਣਾ, ਲੈ ਚਲਾ ਇਹਨੂੰ ਮਾੜਾ ਜਿਹਾ ਘੁਮਾ ਦੇ ਘੁਮਾ ਦੇ। ਰੇਟ ਨੇ ਜਿਹੜੇ ਰੇਟ ਤਕਰੀਬਨ ਐਂ ਮੰਨ ਲਓ ਵੀ ਅੱਜ 15,000-1,000 ਤੋਂ ਸ਼ੁਰੂ ਕਰਾਂਗੇ ਅੱਜ, ਜਿਹੜਾ ਮੌਸਮ ਹੈ, ਮੌਸਮ ਹੈਗਾ ਤੇਜ਼, ਪਰ ਆਪਾਂ ਬਾਈ ਕਹਿੰਦਾ ਵੀਡੀਓ ਚਿਰ ਬਾਅਦ ਪਾਈ ਆ ਵੀ 15,000 ਤੋਂ ਰੇਟ ਸਟਾਰਟ ਕਰਾਂਗੇ, 15 ਤੋਂ ਰੇਟ ਸ਼ੁਰੂ ਹੋਣਗੇ। ਇਹ ਆ ਗਈ 7 ਮਹੀਨਿਆਂ ਦੀ ਗੱਭਣਾ, ਤੇ ਵੱਛੀ ਚੰਗੀ ਆ ਗਈ, ਮਜ਼ਬੂਤ ਸਟਰਕਚਰ ਵੀ ਆ ਗਈ, ਕਹਿਣ ਦਾ ਭਾਵ ਲੈਗ ਸਕੋਰ ਦੀ ਵੀ ਮਜ਼ਬੂਤ ਆ ਪੂਰੀ। ਪਹਿਲਣ ਨੇ ਤਰਨ ਲਾਡੀ ਕਿੰਨਾ ਦੁੱਧ ਪਾਤਾ ਨਹੀਂ ਬਈ? ਪਹਿਲਣ ਨੇ ਜਿਹੜੀ ਬਰੀਡ ਹੈ ਨੇ 12 ਕਿਲੋ ਦੁੱਧ ਚਵਾਇਆ। 12? ਹਾਂਜੀ, ਇੱਕ ਤੀ ਵੱਧ ਦਊਗੀ, ਥਣਾ ਥੁਣਾ ਦੀ ਐਨ ਓਕੇ ਆ ਵੀਰੇ, ਸਾਫ ਆ, ਥਣਾ ਦੀ ਪਾਸ ਆ, ਤੇ ਬਾਕੀ ਬਾਈ ਨੇ ਆਪ ਲਿਆ ਕੇ ਛੱਡੀ ਆ ਚੋਕੀ। ਹਾਂ, ਬਾਕੀ ਵੀਰੇ ਜੇ ਕਿਸੇ ਨੇ ਚੋਣੀ ਵੀ ਆ, ਮਹੀਨਾ ਖੰਡ ਹੋਰ ਚੋਗੀ ਸਕਦਾ, ਹੁਣ ਤਾਂ ਕੀ ਚੋਗਾ, ਇਹਦਾ 2 ਮਹੀਨੇ ਨਹੀਂ, ਇਹ ਤਾਂ ਚਾਹ ਪਾਣੀ ਤਾਂ ਕਰਾਈ ਜਾਣਾ ਜੀ ਬਾਈ। ਠੀਕ ਆ ਗੱਲ। ਹਾਂਜੀ, ਇੱਕ ਵਾਰੀ ਤੁਹਾਨੂੰ ਹੋਰ ਦਿਖਾ ਦੇਣਾ, ਆ ਗਈ ਨਵੇਂ ਹਾਣ 'ਚ ਦੰਦਾਂ 'ਚ ਆ ਗਈ 6 ਦੰਦ, ਇੱਥੇ ਤੇ ਇਹਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ, ਘਰੇ ਖੜੀ ਉਹੀ ਗੱਲ ਆ ਵੀ ਜਚੂਗੀ ਵੀ, ਤੇ ਜਿਹੜਾ ਭਾਅ ਇਹਦਾ ਭਾਅ ਵੀ ਬੜਾ ਮੰਦਾ ਹੋਊਗਾ ਰੁੱਤ ਦੇ ਹਿਸਾਬ ਨਾਲ। ਕਿੰਨੇ ਪੈਸੇ ਲਵਾਂਗੇ ਲਾਡੀ ਦੇ ਬਾਈ? ਇਹ 25,000 ਆ ਜੀ। ਹੈ 25,000? ਹੋਰ ਵੀ ਕਰ ਦੇ ਜੋ, 23 ਦੀ ਛੱਡ ਦਾਂਗੇ ਜਮਾ ਲਾਸਟ ਵੀਰੇ, ਲਾਸਟ 23 ਦੀ ਹੋ ਜੂਗੀ। ਇਹਦੇ 'ਚ ਬਾਈ ਨੂੰ ਤੰਗ ਨਾ ਜ਼ਿਆਦੇ ਕਰਿਓ, ਇਹਦੇ 'ਚ ਮਾੜੀ ਮੋਟੀ ਛੋਟ ਛੱਪਈ ਹੋਊਗੀ ਮਰਜ਼ੀ ਵਾਲੀ। ਸੂਆ ਦੂਜਾ ਸੁਣਦੀ ਆ, ਦੰਦਾਂ 'ਚ 6 ਦੰਦ ਹੈ, ਚਾਹੇ ਬਾਈ ਇਹਨੂੰ ਪਹਿਲਾਂ ਨੇ ਕਹਿੰਦਾ, ਪਰ ਬਾਈ ਕਹਿੰਦਾ ਜਾਣਕਾਰੀ ਜੈਨੂਅਨ ਹੀ ਦੇਵਾਂਗੇ, ਤੇ ਹੁਣ ਮਾਰ ਦੇਣਾ 2 ਨੰਬਰ ਵਾਲੀ ਤੇ ਬਣਨ ਵਾਲੀ ਆ ਬਾਈ, 50-55,000 ਦੀ ਆ, 2 ਮਹੀਨੇ ਸਾਂਭ ਕੇ ਜਦੋਂ ਤਾਜ਼ੀ ਹੋ ਗਈ ਹੈ ਨਾ। ਹਾਂਜੀ ਹਾਂ, ਇਹ ਵੀ ਪਿਓਰ ਜਰਸੀ ਚ ਆ ਗਈ ਹੈ ਨਾ। ਹਾਂਜੀ, ਇਹ ਕਿਹੜਾ ਸੂਆ ਸੁਣਦੀ? ਇਹ ਦੂਆ ਸੂਆ ਸੁਣਦੀ ਆ ਵੀਰੇ, ਇਹ ਸੁਣਦੀ ਆ ਦੂਜਾ ਸੂਆ, ਥਣ ਦਾ ਸਾਈਜ਼ ਵੀ ਸੋਹਣਾ ਰੱਖੂਗੀ, ਮੁੱਠੀ ਵਾਲਾ ਕੱਲਾ ਕੱਲਾ, ਤੇ ਆਰਡਰ ਵੀ ਸੋਹਣਾ ਬਣਾਉ। ਦਿਨ ਕਿੰਨੇ ਬਾਕੀ ਨੇ ਬਾਈ? ਇਹ ਬਾਈ ਲਊਗੀ ਹਫਤਾ ਖੰਡ, ਇੱਕ ਹਫਤਾ। ਹਾਂਜੀ, ਹਲੇ ਹੋ ਖੋਰ ਖਾਊ ਪੱਠੇ ਹਫਤਾ ਕਈ, ਇੱਕ ਹਫਤਾ ਕਰਨੀ ਪਊਗੀ ਇਹਦੀ ਸੰਭਾਲ। ਇੱਕ ਗੱਲ ਦੱਸ ਦੇਣਾ ਵੀ ਇਹ ਲਾਹੇ ਬੰਦ ਰਹੂਗੀ ਜਿਹੜੇ ਭਰਾ ਨੇ ਲਿਜਾਣੀ, ਕਿਉਂਕਿ 5-7 ਦਿਨਾਂ ਦੇ ਵਿੱਚ ਪਸ਼ੂ ਘਰੇ ਜਾ ਕੇ ਜੀ ਵੀ ਲਾ ਲੈਂਦਾ, ਹਾਂਜੀ, ਤੇ ਕੱਖ ਪੱਠਾ ਵੀ ਚੱਕ ਲੈਂਦਾ, ਬਾਕੀ ਸੂਨਸਾਰ ਫਿਰ ਆਪਦੇ ਸਹੀ ਪੀਕ ਲੈਵਲ ਤੇ ਚੱਲਦੀ। ਹਾਂਜੀ ਹਾਂਜੀ। ਆ ਲੈ ਚੱਲ ਬਾਈ, ਇੱਥੋਂ ਲੰਬਾਈ ਚੈੱਕ ਕਰ ਸਕਦੇ ਹਾਂ, ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਕੱਦ ਤੁਹਾਨੂੰ ਪਤਾ ਆ ਜਰਸੀਆਂ ਦੇ ਜਿੱਡੇ ਜਿੱਡੇ ਕੁ ਹੁੰਦੇ ਆ, ਹਾਂਜੀ, ਓਡਾ ਕਿਹਦਾ ਕੱਦ ਕਾਠ ਆ। ਜੇ ਤੁਸੀਂ HF ਦੇ ਮੁਕਾਬਲੇ ਕਹੋ ਵੀ HF ਦੇ ਮੁਕਾਬਲੇ ਕੱਦ ਨਹੀਂ ਹੁੰਦਾ ਜਰਸੀ ਦਾ ਬਾਈ। ਹੁਣ ਤਾਂ ਤਕਰੀਬਨ ਬਹੁਤ ਨੌਲੇਜ ਆ ਗਈ ਲੋਕਾਂ ਨੂੰ, ਹਨਾ, ਪਤਾ ਹੀ ਹੁੰਦਾ ਵੀ ਜਰਸੀਆਂ ਦੇ ਕੱਦ ਕਿੱਡੇ ਕਾ। ਚਲੋ ਪਹਿਲਾਂ ਪਹਿਲਾਂ ਤਾਂ ਬਹੁਤ ਹੁੰਦਾ ਸੀਗਾ ਵੀ ਛੋਟੇ ਕੱਦ ਲੱਗਦੇ ਸੀਗੇ। ਹਾਂ, ਸਾਈਜ਼ ਥਣ ਦਾ ਸੋਹਣਾ ਰੱਖੂ ਮੁੱਠੀ ਵਾਲਾ, ਤੇ ਰੱਖੂ ਪੂਰਾ ਗੈਪ ਤੇ,
ਸੂਆ ਸੂਦੀ ਆ, ਦੂਜਾ ਤੇ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ, ਥਣ ਦਾ ਬਣੂ ਬਣੂ ਬਾਈ ਬਹੁਤ ਤੇ ਬਣੂ ਹਲੇ ਥੱਲਿਓਂ ਬਥੇਰੀ ਆਰਡਰ ਸੋਹਣਾ ਬਣਾਊਗੀ, ਦਿਨ 5 ਤੋਂ 7 ਕੱਢਦੀ ਆ, ਤੇ ਮੌਸਮ ਵੀ ਜੇ ਗੱਲ ਕਰ ਲਈਏ ਇਹਨਾਂ ਦੇ ਅਨੁਕੂਲ ਹੀ ਆ ਗਿਆ ਹੁਣ ਤਾਂ ਨਾ। ਹਾਂਜੀ ਇਹਦਾ ਲਾਡੀ ਕੀ ਰੇਟ ਰਹੂ ਇਹ ਬਾਈ? 35 ਦੀ ਦੇ ਦਾਂਗੇ, 35 ਦੀ ਮਾਨਤਾਨ ਵਜੋਂ ਕਰ ਦਾਂਗੇ ਬਾਈ, ਗੱਲ ਹੀ ਨਹੀਂ ਕੋਈ, ਕੰਮ ਜਮੀ ਐਨ ਕਰਦੇ ਲੋਟ ਲੋਟ ਜਾ, 33 ਦੀ ਜਮਾ ਦੇ ਦਾਂਗੇ ਲਾਸਟ, 33 ਦੀ ਜਮਾ ਲਾ, ਇਹ 23 ਦੀ 1 ਨੰਬਰ ਵਾਲੀ 2 ਨੰਬਰ ਵਾਲੀ 33 ਦੀ। ਹਾਂਜੀ ਰੇਟ ਜਿਵੇਂ ਤੁਹਾਨੂੰ ਕਿਹਾ ਸੀ ਆ ਟੋਕੜ ਗੱਬਣ ਤੋਹਫਾ ਆ ਗਿਆ ਧੋਰ ਬਾਈ, ਜੇ ਜੋੜਾ ਲੈਣਾ ਕਿਸੇ ਨੇ ਕੋਈ ਗੱਲ ਨਹੀਂ, ਉਹ ਜਾਂ ਹੋਰ ਮਾਨਤਾਨ ਹੋ ਜੂ, ਜੋੜੇ ਚ ਹੋਰ ਵੀ ਕਰ ਦਾਂਗੇ ਇਹ ਪਹਿਲੇ ਸੂਏ ਆ ਬਾਈ, ਦੂਜੇ ਲਈ ਗੱਬਣ ਆ, ਸਾਹੀਵਾਲ ਚ ਆ ਗਈ। ਹਾਂ ਬਾਈ ਇਹ ਸਾਹੀਵਾਲ ਚ ਆ ਗਈ। ਕਿਵੇਂ ਠੰਡੀ ਹੈ? ਮੈਂ ਜਮਾ ਐਨ ਬਾਈ ਬਰਫਾ ਵਰਗੀ। ਹਾਂਜੀ ਮੈਂ ਚਮਕੌਰ ਕਹਿੰਦਾ ਹੁੰਦਾ ਸੀ ਬਰਫ ਵਰਗੀ ਆ, ਰੰਗ ਰੂਪ ਦੀ ਸੋਹਣੀ ਆ ਇਹ ਵੀ, ਕੱਦ ਕਾਠ ਵਾਲੀ ਆ, ਰੰਗ ਵੀ ਸੋਹਣਾ, ਕੱਦ ਵੀ ਚੰਗਾ, ਬੇਲ ਵੀ ਚੰਗੀ ਆ, ਥੋੜਾ ਜਿਹਾ ਡਰਦੀ ਆ। ਇਹ ਆ ਗਈ ਕੰਪਨੀ ਕਹਿੰਦੇ ਵੀ ਸਾਹੀਵਾਲ, ਘੁਮਾ ਦੇ ਇੱਥੋਂ ਘੁਮਾ ਦੇ ਕੇ ਇਹਨੂੰ। ਇਹ ਆ ਗਈ ਸਾਹੀਵਾਲ ਦੇ ਵਿੱਚ ਗੱਬਣ ਕਿੰਨੇ ਟਾਈਮ ਦੀ ਲੱਗਦੀ? 3 ਮਹੀਨੇ ਦੀ ਵੀਰੇ ਆਪਾਂ ਚੈੱਕ ਕਰਾਈ ਹੋਈ ਆ, 3 ਮਹੀਨਿਆਂ ਦੀ ਹੈਗੀ ਆ ਚੈੱਕ ਪਾਸ। ਹਾਂਜੀ ਕਰਦੀ ਆ ਸ਼ਰਾਰਤ ਹੈ ਨਾ? ਨਹੀਂ ਊਂ ਠੰਡੀ ਸੀ ਲਾ ਜਮਾ ਵੀਰੇ, ਚਵਾਈ ਵੇਲੇ ਤਾਂ ਨਹੀਂ ਕਰਦੀ? ਨਾ ਨਾ ਵੀਰੇ ਜਮਾ ਹੀ ਨਹੀਂ, ਹੁਣ ਐ ਬਾਹਰ ਨਹੀਂ ਕੱਢਿਆ ਕਰਕੇ ਬਾਈ, ਠੰਡਾ ਮੌਸਮ ਕਰਕੇ ਬਾਹਰ ਨਹੀਂ ਕੱਢਦੇ, ਉਹਦਾ ਟੱਪਦੀ ਆ, ਨੱਕ ਦੀ ਟੱਪਦੀ ਆ। ਠੀਕ ਹੈ ਜੋਰ ਚੰਗੇ ਨੇ। ਹਾਂਜੀ ਬਾਕੀ ਕੱਦ ਬਾਈ ਤੇ 3 ਮਹੀਨੇ ਦੀ ਚੈੱਕ ਪਾਸ ਹੈ? ਹਾਂ ਵੀਰੇ ਚੈੱਕ ਪਾਸ ਆ, ਕੱਦ ਇਹਦਾ ਚੰਗਾ ਆ ਗਿਆ, 3 ਦੀ ਚੈੱਕ ਪਾਸ, ਤੇ ਦੁੱਧ ਲਾਡੀ ਹੁਣ ਇਹਦੇ ਕੋਲੇ ਬਾਈ, ਇਹਦੇ ਥੱਲੇ ਦੁੱਧ ਸੀਗਾ 5-6 ਕਿਲੋ, ਹੁਣ ਕੱਲ ਜਦੋਂ ਚੈੱਕ ਕਰਾਈ ਥੋੜਾ ਜਿਹਾ ਘਟ ਗਈ, ਹੁਣ ਆਪਾਂ 2 ਕਿਲੋ ਦੇਵਾਂਗੇ। ਠੀਕ ਹੈ ਤੇ ਦੁੱਧ ਉੱਥੇ ਆ ਜਾਣਾ ਹੈ, ਪਾਸ ਕਰਾਉਂਦੀ ਆ 2 ਕਿਲੋ ਦਿੰਦੀ ਆ। ਹਾਂ ਬਾਈ ਹਾਂ, ਤੇ ਬਾਕੀ ਇਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ, ਬਹੁਤ ਚੰਗਾ ਲੱਗਿਆ ਸੂਈ ਹੋਈ ਆ ਪਹਿਲਾਂ, ਤੇ ਅੱਗੇ ਸੂਣਾ ਇਹਨੇ ਸੱਜਣੋ ਦੂਜਾ ਸੂਆ, ਥਾਣੇ ਨੂੰ ਆ ਗਿਆ ਫਿਰ ਮੱਝਾਂ ਨਾਲ ਦੇ ਆ ਤਕਰੀਬਨ। ਹਾਂਜੀ ਹਾਂਜੀ ਆ ਕਰੀ ਭਾਈ ਐਨ ਮੜੀ, ਹਾਂ ਇਧਰਲੇ ਬੰਦੇ ਬੜੀ ਠੰਡੀ ਸੀਲ ਆ ਬਾਈ, ਉਹ ਤਾਂ ਉਦਾਂ ਹੀ ਕਰਦੀ ਸੀ, ਆ ਗਈ ਠੰਡੀ ਸੀਲ। 3 ਮਹੀਨਿਆਂ ਦੀ ਚੈੱਕ ਪਾਸ, ਇਹਦਾ ਲਾਡੀ ਕੀ ਰੇਟ ਰਹੂਗਾ ਬਾਈ? ਇਹਦਾ ਮੁੱਲ ਹੈਗਾ 18,000, 15 ਦੀ ਦੇ ਦਾਂਗੇ, ਇਹ ਦੇ ਦਾਂਗੇ 15 ਦੀ, 3 ਮਹੀਨਿਆਂ ਦੀ ਚੈੱਕ ਪਾਸ। ਇਹਨੇ ਹੁਣ ਵੀ 5-6 ਕਿਲੋ ਤੇ ਆ ਜਾਣਾ ਦੁੱਧ ਤੇ ਵੀਰੇ। ਠੀਕ ਹੈ ਗੱਲ, ਉਹਨਾਂ ਦੇ ਥੋੜਾ ਸਾਹੀਵਾਲ ਵਾਲਾ ਸ਼ੌਂਕ ਪੂਰਾ ਹੋ ਜਾਊਗਾ, ਕਿਉਂਕਿ ਇਹ ਰੇਟਾਂ ਦੇ ਵਿੱਚ ਜੇ ਮੈਂ ਗੱਲਬਾਤ ਕਰ ਲਾਂ ਵੀ ਬੱਚੀ ਵੀ ਮਸਾ ਮਿਲਦੀ ਹੈ ਬਾਈ। ਕੱਦ ਦੇਖ ਲਓ ਤੁਸੀਂ ਕਿੱਡਾ ਕੱਦ ਆ ਗਿਆ ਵੱਡਾ, ਵੱਡੇ ਕੱਦ ਚ ਆ ਗਈ, ਰੰਗ ਰੂਪ ਦੀ ਵੀ ਲਾਜਵਾਬ ਆ, 3 ਦੀ ਚੈੱਕ ਪਾਸ, ਤੇ ਆ ਗਈ ਪਹਿਲੀ ਨਾਲੇ ਗੱਬਣ ਦੀ ਗੱਬਣ ਨਾਲੇ ਬਾਈ, ਇਹਨੇ ਦੁੱਧ ਪਿਆਈ ਜਾਣਾ ਗਾਹਾਂ ਮੂਹਰੇ ਆ ਕੇ ਚੰਗੇ ਰੁਪਈਆਂ ਦੀ ਆ। ਠੀਕ ਹੈ ਗੱਲ, ਇਹਦਾ ਸੂਆ ਕਿਹੜਾ? ਇਹਦਾ ਬਾਈ ਪਹਿਲਾ ਸੂਆ, ਸੂਆ ਪਹਿਲਾ, ਤੇ ਥਣ ਦਾ ਸਹਿਜ ਸੋਹਣਾ ਰੱਖਦੀ ਆ ਬਾਈ, ਚਵਾਈ ਵੀ 1 ਨੰਬਰ ਆ, ਪਟਦੀ ਆ ਮੋਗੇ ਫਿਰ। ਹਾਂ ਬਾਈ ਹਾਂ, ਕਿੰਨੇ ਦਿਨ ਦਾ ਸੂਆ ਹੋ ਗਿਆ ਇਹਨੂੰ ਬਾਈ? 3 ਕੁ ਦਿਨ ਹੋਏ ਨੇ ਸੂਈ ਨੂੰ। ਠੀਕ ਹੈ ਗੱਲ, ਥੋੜੀ ਜਿਹੀ ਪਲੂਣ ਕਰਕੇ, ਇਹ ਵੀ ਨਾ ਜਾਤ ਸਾਹੀਵਾਲ ਚ ਆ ਗਈ, ਥੋੜੀ ਪਲੂਣ ਕਰਕੇ ਨਾ ਮਾੜੀ ਮੋਟੀ ਔੜ ਜੀ ਕਰਦੀ ਆ। ਠੀਕ ਹੈ, ਇਹ ਜਰਸੀ ਦੇ ਸਾਹੀਵਾਲ ਦਾ ਕਰਾਸ ਆ, ਕਰਾਸ ਚ ਆ ਗਈ, ਉਹ ਹੁਣ ਬੋਲਾ ਜਾਣੀ ਹੈਗਾ ਇਹਦੇ ਥੱਲੇ 8-9 ਕਿਲੋ। ਆ ਸਮਾਂ ਜਿਹੜਾ ਸੱਜਣੋ, ਸਮਾਂ ਹੈਗਾ ਸਵੇਰ ਦਾ 11:00 ਦਾ, ਜਿਹੜੇ ਟਾਈਮ ਵੀਡੀਓ ਬਣਾ ਰਿਹਾ ਉਸ ਹਿਸਾਬ ਨਾਲ ਜੱਜਮੈਂਟ ਲੇਵੇ ਦੀ ਕਰ ਲਿਓ। ਸੂਆ ਕਿਹੜਾ? ਪਹਿਲਾ ਪਹਿਲਾ ਸੂਆ ਬਾਈ, ਆ ਸੂਆ ਪਹਿਲਾ, 4 ਦੰਦ 4 ਦੰਦ, ਤੇ ਆ ਗਈ ਜਰਸੀ ਤੇ ਸਾਹੀਵਾਲ ਦਾ ਕ੍ਰੋਸ, ਰੰਗ ਰੂਪ ਦੀ ਤਾਂ ਬਹੁਤ ਸੋਹਣੀ, ਰੰਗ ਰੂਪ ਦੀ ਸੋਹਣੀ ਆ, ਥਣ ਦਾ ਸਾਈਜ਼ ਸੋਹਣਾ ਰੱਖਦੀ ਆ, ਤੇ ਲੰਬਾਈ ਚੰਗੀ ਆ, ਬੁੱਚ ਕੇ ਲੈ ਚੱਲ ਬਈ ਇਹਨੂੰ। ਬੱਚਾ ਕੀ ਆ ਲਾਡੀ ਨਾਲ? ਇਹਦੇ ਬੱਚਾ ਜੀ ਨਾਲ ਨਾਲ ਆ ਗਿਆ ਇਹਦੇ ਮੇਲ ਕਾਫ, ਤੇ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ। 8 ਕਿਲੋ ਬੋਲ ਆ, 3 ਦਿਨਾਂ ਦੀ ਸੂਈ ਆ, 3 ਦਿਨਾਂ ਦੀ ਸੂਈ ਬੱਸਾ ਮਗਰ ਜੀ, 3 ਦਿਨਾਂ ਦੀ ਸੂਈ ਨਾਲ ਮੇਲ ਕਾਫ ਤੱਕ ਥੋੜੀ ਅੱਗੇ ਨੂੰ ਰੱਖਦੀ ਆ, ਥਣ ਦਾ ਸਾਈਜ਼ ਸੋਹਣਾ, 8 ਕਿਲੋ ਬੋਲਾ। ਬਾਈ ਕਹਿੰਦਾ ਇਹਦੇ ਕੋਲੇ ਜੇ ਗੱਲ ਕਰ ਲਈਏ ਇਸ ਟਾਈਮ ਹਾਜ਼ਰ, ਥੋੜੀ ਬਹੁਤੀ ਔੜ ਕਰਦੀ ਆ। ਹਾਂ ਬਾਈ ਮਾੜੀ ਮੋਟੀ ਆਇਆ ਮੂਹਰੇ ਬੰਦਾ ਖੜ ਜਾਵੇ ਫੇਰ ਨਹੀਂ ਕਰਦੀ ਹੈਗੀ, ਉਹ ਰੱਸੀ ਪਵਾਉਂਦੀ ਆ ਜੀ। ਠੀਕ ਹੈ, ਨਿਆਣਾ ਲੈਂਦੀ ਆ, ਨਿਆਣਾ ਲੈਂਦੀ ਆ ਜੀ। ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਬਾਈ? ਇਹਨੂੰ 12 ਕਿਲੋ ਤਾਂ ਚਾਹੀਦਾ ਜੇ ਹੁਣ 3 ਕੁ ਦਿਨਾਂ ਦੀ ਸੂਈ ਥੱਲੇ। ਠੀਕ ਹੈ ਗੱਲ, ਵੀ ਇਹਨਾਂ 8 ਕਿਲੋ 8 ਤੋਂ ਬਾਹਰ ਹੀ ਆ ਜਾਣੀ ਬਾਈ, 12-13 ਕਿਲੋ ਤਾਂ ਚਵਾਈ ਜਾਣਾ, ਚਵਾਈ ਦੀ ਫੋਕੀ ਆ। ਹਾਂ ਬਾਈ ਚਵਾਈ ਦੀ ਤਾਂ 1 ਨੰਬਰ ਆ ਵੀਰੇ। ਪੈਸੇ ਕਿੰਨੇ ਲਵਾਂਗੇ ਲਾਡੀ ਇਹਦੇ ਫਿਰ?
ਬਈ ਇਹਦਾ ਹੁਣ ਜਿਹੜੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਹਨਾ ਮਾੜਾ ਮੋਟਾ ਕਰਦੀ ਆ, ਇਹ ਬੱਚੀ ਆ 28,000 ਦੀ ਦੇ ਦਾਂਗੇ। ਉਹ ਤਾਂ 40,000 ਦੀ ਆ ਬੱਚੀ ਜਿਹੜੀ ਖੜੀ ਹੁੰਦੀ ਟੈਕ ਕੇ, ਯਾਨੀ ਇਸ ਟਾਈਮ ਹੁਣ ਆਪਾਂ 28 ਦੀ ਦੇ ਦਾਂਗੇ ਜਮਾ ਲਾ। ਠੀਕ ਹੈ ਗੱਲ, 28,000 ਦੀ ਦੇ ਦਾਂਗੇ। ਬਾਈ ਕਹਿੰਦਾ ਦੰਦਾਂ ਚ ਆ ਗਈ 4 ਦੰਦ, ਆ ਗਈ 27,000 ਤੇ ਜਰਸੀ ਦਾ ਕ੍ਰੋਸ। ਵੀਰੇ ਆਪਾਂ ਦੇਖ ਆਪਣੇ ਆਨਲਾਈਨ ਵੀ ਡੰਗਰ ਜਾਂਦੇ ਨੇ, ਠੀਕ ਹੈ, ਆਪਾਂ ਝੂਠ ਬੋਲ ਕੇ ਤਾਂ ਦੇਣੀ ਨੀ ਹਨਾ, ਕਿਉਂਕਿ ਬਹੁਤ ਵੀਰ ਵਿਸ਼ਵਾਸ ਕਰਕੇ ਮੰਗਾ ਲੈਂਦੇ ਆ। ਠੀਕ ਹੈ, ਪਰ ਜਿਹੜੀ ਗੱਲ ਆ ਵੀਰੇ ਦੱਸ ਕੇ ਡੰਗਰ ਵੇਚੀ ਦਾ, ਠੀਕ ਹੈ ਗੱਲ, ਹਾਂਜੀ ਹਾਂ, ਵੀ ਥੋੜੀ ਬਹੁਤੀ ਔਲ ਫੋਲ ਕਰਦੀ ਆ, ਪਰ ਥਣ ਦਾ ਸਾਈਜ਼ ਤੁਹਾਨੂੰ ਮੈਂ ਦਿਖਾ ਦਿੰਦਾ, ਇੱਥੋਂ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਤੇ ਸੂਆ ਪਹਿਲਾ ਦੰਦਾਂ 'ਚ 4 ਦੰਦ ਜਰਸੀ ਦੇ 27,000 ਦਾ ਕ੍ਰੋਸ, 8 ਕਿਲੋ ਬੋਲਾ ਹਾਜ਼ਰ, ਤੇ ਇਹ ਮਿਲੂਗੀ ਬਾਈ ਕਹਿੰਦਾ 28,000 ਦੀ। ਜੇ ਕਿਸੇ ਸੱਜਣ ਨੇ ਜੋੜਾ ਜੋੜਾ ਲੈਣਾ ਤਾਂ ਥੋੜਾ ਬਹੁਤਾ ਡਿਸਕਾਊਂਟ ਹੋ ਗਿਆ ਬਾਈ। ਜਿੱਥੋਂ ਆਪਾਂ ਲਿਆਂਦੀ ਹੈ ਨਾ ਉੱਥੇ ਨਾ ਬੁੜੀ ਚਾਹੁੰਦੀ ਸੀਗੀ, ਆਪਣੇ ਕੋਲ ਵੀਡੀਓ ਵੀ ਪਈ ਆ, ਠੀਕ ਹੈ, ਉਹ ਕਈ ਵਾਰੀ ਨਾ ਜਿਵੇਂ ਹੱਥ ਹੁੱਥ ਪੈ ਜਾਂਦਾ ਡੰਗਰ ਜਾਂ ਬੁੜੀਆਂ ਸਾਂਭਦੀਆਂ ਸੁਭਦੀਆਂ ਕਰਕੇ, ਠੀਕ ਹੈ, ਮਾੜਾ ਮੋਟਾ ਕਰਨ ਲੱਗ ਜਾਂਦੀਆਂ ਨੇ, ਠੀਕ ਹੈ, ਹਾਂਜੀ ਊਂ ਬੈ ਜਮਾਂ ਠੰਡੀ ਸ਼ੀਲਾ ਬਿਨਾਂ ਰੱਸੀ ਤੋਂ ਉੱਥੇ ਚੋਈ ਹੋਈ ਆ, ਠੀਕ ਹੈ, ਹਾਂਜੀ। ਨੰਬਰ ਬੋਲ ਦਿਓ ਜੀ। ਨੰਬਰ ਜੀ 8782-97-8968-95-557-98-1 ਨੰਬਰ ਸੱਜਣੋ ਬਾਈ ਦੇ, ਮੈਂ ਥਾਣੇਦਾਰ ਵਾਲਾ ਨੰਬਰ ਚੱਲੂਗਾ ਜੀ ਆਪਣੇ ਕੋਲੇ, ਠੀਕ ਹੈ, ਹਾਂਜੀ, ਆ ਨੰਬਰ ਲਾਣੇਦਾਰ ਵਾਲਾ ਵੀ ਬਾਈ ਕਹਿੰਦਾ ਚੱਲਦਾ 98-557-98-1 ਨੰਬਰ ਹੈ, ਤੇ ਬਾਕੀ ਨੰਬਰ ਬਾਈ ਹੋਰਾਂ ਨੇ ਸਕਰੀਨ ਤੇ ਲਾ ਦੂੰਗਾ, ਇਹਨਾਂ ਚੋਂ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਰੂਟੀਨ ਚ ਮਿਲਿਆ ਕਰਨਗੇ ਹੀ ਡੰਗਰ ਹੁਣ, ਹਾਂ, ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਾਓ। ਇੱਕ ਗੱਲ ਜਾਂਦੇ ਜਾਂਦੇ ਹੋਰ ਦੱਸ ਦੇਣਾ, ਕੰਮ ਬਾਈ ਕਹਿੰਦਾ ਰੂਟੀਨ ਦੇ ਵਿੱਚ ਚੱਲੂਗਾ ਹੁਣ, ਪਹਿਲਾਂ ਉਲਝੇ ਹੋਏ ਦੇ ਲਾਣੇਦਾਰ ਹੋਰਾਂ ਨੂੰ ਬਾਹਰ ਭੇਜਣ 'ਚ, ਤੇ ਰੂਟੀਨ ਦੇ ਵਿੱਚ ਹੁਣ ਇਸ ਘਰ ਦੇ ਵਿੱਚ ਪਸ਼ੂ ਤੁਹਾਨੂੰ ਮਿਲਿਆ ਕਰਨਗੇ, ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ।